ਮਾਊਂਟ ਆਈਜ਼ਾ ਆਸਟ੍ਰੇਲੀਆ ਦੇ ਕੁਈਨਸਲੈਂਡ ਵਿੱਚ ਪੈਂਦਾ ਇਹ ਸ਼ਹਿਰ 1924 ਵਿੱਚ ਵਸਾਇਆ ਗਿਆ ਜਦੋਂ ਇੱਥੇ ਕਾਪਰ ਦੀ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ। ਆਸਟ੍ਰੇਲੀਆ ਦੀਆਂ ਮਾਈਨਾਂ ਵਿੱਚ ਕੰਮ ਕਰਨ ਵਾਲੇ ਲੋਕ ਦੁਨੀਆ ਦੇ ਹਾਈਐਸਟ ਪੇਡ ਵਰਕਰ ਮੰਨੇ ਜਾਂਦੇ ਆ ਅਤੇ ਇੰਨੇ ਵੱਡੇ ਪੈਮਾਨੇ 'ਤੇ ਮਾਈਨਿੰਗ ਦਾ ਕੰਮ ਹੋਣਾ ਅਤੇ ਉਹਦੇ ਵਿੱਚ ਇੰਨੀ ਕਮਾਈ ਹੋਣ ਕਰਕੇ ਕਈ ਤਰ੍ਹਾਂ ਦੇ ਲੋਕ ਆਸਟ੍ਰੇਲੀਆ ਦੇ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਤੋਂ ਇੱਥੇ ਕੰਮ ਕਰਨ ਲਈ ਖਿੱਚੇ ਚਲੇ ਆਉਂਦੇ ਆ। ਮਾਊਂਟ ਆਈਜ਼ਾ ਦੀ ਲੋਕੇਸ਼ਨ ਬਹੁਤ ਹੀ ਜ਼ਿਆਦਾ ਰਿਮੋਟ ਆ ਅਤੇ ਜਿਹੜਾ ਮੇਜਰ ਟਾਊਨ ਅਤੇ ਪੋਰਟ ਮਾਊਂਟ ਆਈਜ਼ਾ ਲਾਗੇ ਪੈਂਦਾ ਵਾ ਉਹ ਹੈਗਾ ਵਾ ਟਾਊਨਸਵਿਲ, ਜੋ ਮਾਊਂਟ ਆਈਜ਼ਾ ਤੋਂ 883 ਕਿਲੋਮੀਟਰ ਦੂਰ ਆ। ਮਾਊਂਟ ਆਈਜ਼ਾ ਨੂੰ ਟਾਊਨਸਵਿਲ ਨਾਲ ਜੋੜਦਾ ਵਾ ਫਲਿੰਡਰਸ ਹਾਈਵੇ ਅਤੇ ਇਸ ਹਾਈਵੇ ਦਾ ਜ਼ਿਆਦਾਤਰ ਹਿੱਸਾ ਬਹੁਤ ਹੀ ਸੁਨਸਾਨ ਅਤੇ ਬਹੁਤ ਘੱਟ ਆਵਾਜਾਈ ਵਾਲਾ ਆ ਅਤੇ ਇਸ ਹਾਈਵੇ ਦੇ ਸੁਨਸਾਨ ਅਤੇ ਘੱਟ ਆਵਾਜਾਈ ਵਾਲੇ ਹੋਣ ਦਾ ਫਾਇਦਾ ਚੁੱਕਣ ਲਈ ਕਈ ਤਰ੍ਹਾਂ ਦੇ ਕ੍ਰਿਮੀਨਲ ਵੀ ਇਸ ਇਲਾਕੇ ਵਿੱਚ ਆਉਂਦੇ ਆ ਅਤੇ ਇੱਦਾਂ ਦੇ ਕੰਮਾਂ ਨੂੰ ਅੰਜਾਮ ਦਿੰਦੇ ਆ ਜਿਨ੍ਹਾਂ ਬਾਰੇ ਸੁਣ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਆ। ਅਤੇ ਆਪਣੀ ਅੱਜ ਦੀ ਵੀਡੀਓ ਇਸੇ ਹਾਈਵੇ ਉੱਤੇ ਹੋਏ 1970 ਤੋਂ ਲੈ ਕੇ ਹੁਣ ਤੱਕ 12 ਕਤਲਾਂ ਬਾਰੇ ਆ ਅਤੇ ਕਤਲ ਕੀਤੇ ਗਏ ਲੋਕਾਂ ਵਿੱਚ ਜਨਾਨੀਆਂ, ਬੰਦੇ ਅਤੇ ਇੱਥੋਂ ਤੱਕ ਕਿ 5 ਸਾਲ ਅਤੇ ਇੱਕ 7 ਸਾਲ ਦੀ ਕੁੜੀ ਵੀ ਸ਼ਾਮਲ ਆ। ਇਹਨਾਂ ਵਿੱਚੋਂ ਕੁਛ ਦੀਆਂ ਲਾਸ਼ਾਂ ਵੀ ਮਿਲੀਆਂ ਅਤੇ ਕਤਲ ਦੇ ਸ਼ੱਕ ਦੇ ਹੇਠ ਕੁਛ ਲੋਕ ਗ੍ਰਿਫਤਾਰ ਵੀ ਕੀਤੇ ਗਏ ਪਰ ਬਾਅਦ ਵਿੱਚ ਇਹ ਸਾਰੇ ਛੱਡ ਦਿੱਤੇ ਗਏ ਸਬੂਤਾਂ ਦੀ ਘਾਟ ਹੋਣ ਕਰਕੇ। ਅਤੇ ਇਹਨਾਂ ਵਿੱਚੋਂ ਕੁਛ ਲੋਕ ਇੱਦਾਂ ਦੇ ਆ ਜਿਨ੍ਹਾਂ ਦੀਆਂ ਲਾਸ਼ਾਂ ਤਾਂ ਮਿਲੀਆਂ ਪਰ ਕਤਲ ਕਰਨ ਵਾਲੇ ਦਾ ਅੱਜ ਤੱਕ ਪਤਾ ਨਹੀਂ ਲੱਗਾ ਅਤੇ ਕੁਛ ਇੱਦਾਂ ਦੇ ਆ ਜਿਨ੍ਹਾਂ ਦੀਆਂ ਨਾ ਹੀ ਲਾਸ਼ਾਂ ਮਿਲੀਆਂ ਅਤੇ ਨਾ ਹੀ ਕਤਲ ਕਰਨ ਵਾਲੇ। ਅਤੇ ਇਸ ਹਾਈਵੇ 'ਤੇ ਘਟੀਆਂ ਇਹਨਾਂ ਘਟਨਾਵਾਂ ਤੋਂ ਬਾਅਦ ਇਸ ਹਾਈਵੇ ਨੂੰ ਨਾਮ ਦਿੱਤਾ ਗਿਆ ਹਾਈਵੇ ਆਫ ਡੈਥ। ਇਹ ਕਹਾਣੀ ਸ਼ੁਰੂ ਹੁੰਦੀ ਆ 26 ਅਗਸਤ 1970 ਨੂੰ। ਦੋ ਭੈਣਾਂ, 7 ਸਾਲ ਦੀ ਜੂਡਿਸ ਅਤੇ 5 ਸਾਲ ਦੀ ਸੂਜ਼ਨ, ਆਪਣੇ ਘਰ ਦੇ ਲਾਗੇ ਹੀ ਸਕੂਲ ਬੱਸ ਦਾ ਵੇਟ ਕਰਦੀਆਂ ਸੀ। ਜਦੋਂ ਸਕੂਲ ਬੱਸ ਉੱਥੇ ਪਹੁੰਚਦੀ ਆ ਤਾਂ ਦੋਵੇਂ ਉੱਥੋਂ ਗਾਇਬ ਹੋ ਚੁੱਕੀਆਂ ਹੁੰਦੀਆਂ ਅਤੇ 2 ਦਿਨਾਂ ਬਾਅਦ ਇਹਨਾਂ ਦੋਵਾਂ ਦੀਆਂ ਲਾਸ਼ਾਂ ਇਹਨਾਂ ਦੇ ਘਰ ਤੋਂ 25 ਕਿਲੋਮੀਟਰ ਦੂਰ ਐਂਟਿਲ ਕ੍ਰੀਕ ਨਾਮ ਦੀ ਇੱਕ ਜਗ੍ਹਾ 'ਤੇ ਮਿਲਦੀਆਂ ਵਾ ਜੋ ਫਲਿੰਡਰਸ ਹਾਈਵੇ ਦੇ ਬਿਲਕੁਲ ਨਾਲ ਪੈਂਦੀ ਆ। ਛੋਟੀ ਕੁੜੀ ਸੂਜ਼ਨ ਦੀ ਲਾਸ਼ ਪਹਿਲਾਂ ਮਿਲਦੀ ਆ ਅਤੇ ਲਾਸ਼ ਦੇ ਲਾਗੇ ਪੈਰਾਂ ਦੇ ਨਿਸ਼ਾਨ ਹੁੰਦੇ ਆ ਜੋ 70 ਮੀਟਰ ਦੂਰ ਪਈ ਜੂਡਿਸ ਦੀ ਲਾਸ਼ ਤੱਕ ਜਾਂਦੇ ਸੀ। ਇਹਨਾਂ ਦੋਵਾਂ ਬੱਚੀਆਂ ਨੂੰ ਪਹਿਲਾਂ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਅਤੇ ਬਾਅਦ ਵਿੱਚ ਇਹਨਾਂ ਨੂੰ ਮਾਰ ਦਿੱਤਾ ਗਿਆ। ਕਿਹਾ ਜਾਂਦਾ ਵਾ ਕਿ ਜਦੋਂ ਕਾਤਲ ਸੂਜ਼ਨ ਦਾ ਕਤਲ ਕਰਦਾ ਸੀ ਉਦੋਂ ਜੂਡਿਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹਦੀ ਲਾਸ਼ 70 ਮੀਟਰ ਦੂਰ ਮਿਲੀ ਅਤੇ ਭੱਜਣ ਦੀ ਕੋਸ਼ਿਸ਼ ਕਰਨ ਦੀ ਸਜ਼ਾ ਦੇ ਰੂਪ ਦੇ ਵਿੱਚ ਜੂਡਿਸ ਨੂੰ ਜਿੰਦਾ ਹੀ ਟੋਇਆ ਪੁੱਟ ਕੇ ਵਿੱਚ ਦੱਬ ਦਿੱਤਾ ਗਿਆ। ਜਿਹੜਾ ਪੁਲਿਸ ਡਿਟੈਕਟਿਵ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦਾ ਸੀ ਉਹ ਇਸ ਕੇਸ ਦੀਆਂ ਡਿਟੇਲਾਂ ਤੋਂ ਬਹੁਤ ਹੀ ਜ਼ਿਆਦਾ ਮੈਂਟਲੀ ਅਪਸੈਟ ਹੋ ਜਾਂਦਾ ਵਾ ਅਤੇ ਕਾਤਲ ਨੂੰ ਲੱਭਣ ਦੇ ਲਈ ਦਿਨ ਰਾਤ ਇਸ ਕੇਸ 'ਤੇ ਕੰਮ ਕਰਦਾ। ਉਹ ਘਰ ਵੀ ਜਾਣਾ ਬੰਦ ਕਰ ਦਿੰਦਾ ਵਾ ਅਤੇ ਉਹਦੀ ਘਰਵਾਲੀ ਉਹਨੂੰ ਪੁਲਿਸ ਸਟੇਸ਼ਨ ਵਿੱਚ ਹੀ ਰੋਟੀ ਪਾਣੀ ਫੜਾ ਕੇ ਜਾਂਦੀ। ਇਹ ਡਿਟੈਕਟਿਵ ਇੰਨੀ ਸਟ੍ਰੈਸ ਲੈ ਗਿਆ ਕਿ ਇਸ ਕੇਸ ਦੇ 2 ਹਫ਼ਤੇ ਬਾਅਦ ਹੀ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਆ। ਇਨਵੈਸਟੀਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੁਝ ਲੋਕਾਂ ਨੇ ਇੱਕ 1963 ਮਾਡਲ ਦੀ ਹੋਲਡਨ ਸਿਡਾਨ ਉਸ ਦਿਨ ਬੱਸ ਸਟੈਂਡ ਲਾਗੇ ਖੜੀ ਵੇਖੀ ਅਤੇ ਬਾਅਦ ਵਿੱਚ ਇਹੀ ਗੱਡੀ ਉਸ ਜਗ੍ਹਾ 'ਤੇ ਵੀ ਵੇਖੀ ਗਈ ਜਿੱਥੇ ਕੁੜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਪਰ ਕਾਤਲ ਤੱਕ ਪਹੁੰਚਣ ਨੂੰ ਪੁਲਿਸ ਨੂੰ 28 ਸਾਲ ਲੱਗ ਜਾਂਦੇ ਆ। 1998 ਵਿੱਚ ਆਰਥਰ ਸਟੈਨਲੀ ਬ੍ਰਾਊਨ ਨਾਮ ਦੇ ਇੱਕ ਪੀਡੋਫਾਈਲ ਨੂੰ ਇਸ ਮਾਮਲੇ ਵਿੱਚ ਅਰੈਸਟ ਕੀਤਾ ਜਾਂਦਾ ਪਰ ਇਹਦੇ ਖਿਲਾਫ਼ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ 1999 ਵਿੱਚ ਇਹਦੀ ਮੌਤ ਹੋ ਜਾਂਦੀ ਆ। ਅਗਲਾ ਕੇਸ ਹੈਗਾ ਵਾ 4 ਜੁਲਾਈ 1972 ਵਿੱਚ ਗਾਇਬ ਹੋਈਆਂ ਦੋ ਸਹੇਲੀਆਂ ਰੋਬਿਨ ਬਾਲਟਰਮ ਅਤੇ ਅਨੀਤਾ ਕਨਿੰਗਮ। ਇਹ 18 ਅਤੇ 19 ਸਾਲ ਦੀਆਂ ਦੋ ਕੁੜੀਆਂ ਟਾਊਨਸਵਿਲ ਦੇ ਸਾਊਥ ਵਿੱਚ ਪੈਂਦੇ ਇੱਕ ਟਾਊਨ ਬੋਨ ਤੋਂ ਹਿਚ ਹਾਈਕ ਕਰਕੇ ਮੈਲਬਨ ਚੱਲੀਆਂ ਹੁੰਦੀਆਂ। ਇਹ ਦੋਵੇਂ ਵੀ ਫਲਿੰਡਰਸ ਹਾਈਵੇ 'ਤੇ ਪੈਂਦੇ ਇੱਕ ਟਾਊਨ ਪੈਂਟਲੈਂਡ ਦੇ ਇੱਕ ਹੋਟਲ ਵਿੱਚੋਂ ਨਿਕਲ ਕੇ ਕਿਸੇ ਦੀ ਗੱਡੀ ਵਿੱਚ ਬੈਠਦੀਆਂ ਵਿਖਾਈ ਦਿੱਤੀਆਂ ਅਤੇ ਫਿਰ ਗਾਇਬ ਹੋ ਜਾਂਦੀਆਂ। 4 ਮਹੀਨੇ ਬਾਅਦ 15 ਨਵੰਬਰ 1972 ਨੂੰ ਰੋਬਿਨ ਬਾਲਟਰਮ ਦੀ ਬਾਡੀ ਵੀ ਉਸੇ ਐਂਟਿਲ ਕ੍ਰੀਕ ਵਿੱਚ ਮਿਲਦੀ ਆ ਜਿੱਥੇ ਪਹਿਲੇ ਕੇਸ ਵਿੱਚ ਦੋ ਭੈਣਾਂ ਜੂਡਿਥ ਅਤੇ ਸੂਜ਼ਨ ਦੀ ਬਾਡੀ ਮਿਲੀ ਹੁੰਦੀ ਹੈ।
ਹੁੰਦੀ ਆ। ਰੌਬਿਨ ਬਾਲਟਰਾਮ ਨੂੰ ਵੀ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਹੁੰਦਾ ਤੇ ਉਹਦੇ ਮੱਥੇ ਤੇ ਇੱਕ ਰਾਈਫਲ ਨਾਲ ਮਾਰੀ ਗਈ ਗੋਲੀ ਦਾ ਨਿਸ਼ਾਨ ਹੁੰਦਾ। ਪਰ ਰੌਬਿਨ ਦੀ ਸਹੇਲੀ ਅਨੀਤਾ ਕਨਿੰਗਮ ਦਾ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਕਿ ਉਹਦੇ ਨਾਲ ਕੀ ਹੋਇਆ। ਇਸ ਕੇਸ ਵਿੱਚ $2,50,000 ਦਾ ਇਨਾਮ ਵੀ ਘੋਸ਼ਿਤ ਕੀਤਾ ਗਿਆ ਪਰ ਉਹਦੇ ਨਾਲ ਵੀ ਕੋਈ ਰਿਜ਼ਲਟ ਨਹੀਂ ਨਿਕਲਿਆ। ਅਗਲਾ ਕੇਸ ਹੈਗਾ ਵਾ 18 ਸਾਲਾਂ ਦੀ ਕੈਥਰੀਨ ਗ੍ਰਹਿਮ ਦਾ। ਕੈਥਰੀਨ ਗ੍ਰਹਿਮ ਡੋਰ ਟੂ ਡੋਰ ਜਾ ਕੇ ਕਿਤਾਬਾਂ ਵੇਚਣ ਦਾ ਕੰਮ ਕਰਦੀ ਸੀ। ਇੱਦਾਂ ਹੀ 29 ਜੁਲਾਈ 1975 ਨੂੰ ਉਹ ਆਪਣਾ ਕੰਮ ਖਤਮ ਕਰਕੇ ਰਾਤ ਨੂੰ 8 ਵਜੇ ਆਪਣੀ ਮਾਂ ਨੂੰ ਪਬਲਿਕ ਫੋਨ ਤੋਂ ਕਾਲ ਕਰਕੇ ਦੱਸਦੀ ਆ ਕਿ ਕੋਈ ਬੰਦਾ ਕਾਫੀ ਟਾਈਮ ਤੋਂ ਉਹਦੇ ਪਿੱਛੇ ਪਿੱਛੇ ਤੁਰਿਆ ਆਉਂਦਾ ਤੇ ਇੰਨੀ ਗੱਲ ਕਰਕੇ ਉਹ ਫੋਨ ਕੱਟ ਦਿੰਦੀ ਆ। 3 ਦਿਨ ਬਾਅਦ 1 ਅਗਸਤ 1975 ਨੂੰ ਕੈਥਰੀਨ ਦੀ ਲਾਸ਼ ਵੀ ਉਸੇ ਸੇਮ ਜਗ੍ਹਾ ਐਂਟਿਲ ਕ੍ਰੀਕ ਵਿੱਚ ਪਈ ਮਿਲਦੀ ਆ ਜਿੱਥੇ ਪਿਛਲੇ ਦੋਵਾਂ ਕੇਸਾਂ ਵਿੱਚ ਗਾਇਬ ਹੋਏ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹੁੰਦੀਆਂ ਤੇ ਇਹ ਕੇਸ ਵੀ ਅੱਜ ਤੱਕ ਸੋਲਵ ਨਹੀਂ ਕੀਤਾ ਜਾ ਸਕਿਆ। ਅਗਲੇ ਕੇਸ ਨੂੰ ਮਾਊਂਟ ਆਈਜ਼ਾ ਮਰਡਰਸ ਜਾਂ ਫਿਰ ਸਪੀਅਰ ਕ੍ਰੀਕ ਕਿਲਿੰਗਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਇਸ ਕੇਸ ਦੇ ਵਿੱਚ 3 ਵਿਕਟਮ ਹੁੰਦੇ ਆ। 23 ਸਾਲਾਂ ਦੀ ਕੈਰਨ ਐਡਵਰਡਸ, ਉਹਦਾ ਪਾਰਟਨਰ 31 ਸਾਲਾਂ ਦਾ ਟਿਮ ਥੋਮਸਨ ਤੇ ਇਹਨਾਂ ਦਾ ਇੱਕ ਫਰੈਂਡ ਗੋਰਡਨ ਟਵਾਡਲ। ਇਹ ਤਿੰਨੇ ਜਾਣੇ ਐਲਿਸ ਸਪ੍ਰਿੰਗ ਤੋਂ ਕੇਨਸ ਤੇ ਕੇਨਸ ਤੋਂ ਮੈਲਬਨ ਦੀ ਇੱਕ ਮੋਟਰਸਾਈਕਲ ਤੇ ਰੋਡ ਟ੍ਰਿਪ ਤੇ ਨਿਕਲੇ ਹੁੰਦੇ ਆ। ਆਪਣੇ ਇਸ 6,000 ਕਿਲੋਮੀਟਰ ਲੰਮੇ ਸਫ਼ਰ ਤੇ ਇਹ ਜਗ੍ਹਾ ਜਗ੍ਹਾ ਰੁਕ ਕੇ ਰਸਤੇ ਵਿੱਚ ਆਉਣ ਵਾਲੀਆਂ ਚੀਜ਼ਾਂ ਨੂੰ ਐਕਸਪਲੋਰ ਕਰਦੇ ਸੀ। ਇੱਦਾਂ ਹੀ ਇਹ ਮਾਊਂਟ ਆਈਜ਼ਾ ਵਿੱਚ ਕੁਛ ਦਿਨਾਂ ਲਈ ਰੁਕੇ ਹੁੰਦੇ ਆ ਤੇ ਇਹਨਾਂ ਦੀ ਰਿਹਾਇਸ਼ ਹੁੰਦੀ ਆ ਮੰਡੂਰਾ ਕੈਰਾਵੈਨ ਪਾਰਕ ਦੇ ਵਿੱਚ। 5 ਅਕਤੂਬਰ 1978 ਨੂੰ ਇਹ ਤਿੰਨੇ ਜਾਣੇ ਆਖਰੀ ਵਾਰ ਇੱਕ ਭੂਰੀ ਚਿੱਟੀ ਦਾੜੀ ਵਾਲੇ ਬੰਦੇ ਨਾਲ ਉਹਦੀ ਲੈਂਡ ਕਰੂਜ਼ਰ ਦੇ ਵਿੱਚ ਬੈਠਦੇ ਨਜ਼ਰ ਆਉਂਦੇ ਆ ਤੇ 3 ਹਫ਼ਤੇ ਬਾਅਦ 24 ਅਕਤੂਬਰ 1978 ਨੂੰ ਮਾਊਂਟ ਆਈਜ਼ਾ ਤੋਂ 12 ਕਿਲੋਮੀਟਰ ਦੂਰ ਸਪੀਅਰ ਕ੍ਰੀਕ ਵਿੱਚ ਸਭ ਤੋਂ ਪਹਿਲਾਂ ਕੈਰਨ ਐਡਵਰਡਸ ਦੀ ਲਾਸ਼ ਮਿਲਦੀ ਆ ਤੇ ਅਗਲੇ ਦਿਨ ਲਾਗੇ ਹੀ ਲਾਸ਼ਾਂ ਮਿਲਦੀਆਂ ਵਾ ਟਿਮ ਥੋਮਸਨ ਤੇ ਗੋਰਡਨ ਟਵਾਡਲ ਦੀਆਂ। ਇਹ ਤਿੰਨੋਂ ਅਲੱਗ ਅਲੱਗ ਜਗ੍ਹਾ ਤੇ ਕਿਸੇ ਦਰਖਤ ਦੇ ਨਾਲ ਬੰਨ੍ਹ ਕੇ ਖੜੇ ਕੀਤੇ ਗਏ ਹੁੰਦੇ ਆ ਤੇ ਪੁਲਿਸ ਦਾ ਮੰਨਣਾ ਵਾ ਕਿ ਇਹਨਾਂ ਤਿੰਨਾਂ ਨੂੰ ਦੂਰੋਂ ਖਲੋ ਕੇ ਨਿਸ਼ਾਨੇ ਲਾਉਣ ਲਈ ਵਰਤਿਆ ਗਿਆ। 2018 ਵਿੱਚ ਪੁਲਿਸ ਨੂੰ ਇੱਕ ਸੂਹ ਮਿਲਦੀ ਆ ਕਿ ਜਿਹੜੇ ਬੰਦੇ ਨੇ ਇਹਨਾਂ ਤਿੰਨਾਂ ਨੂੰ ਆਪਣੀ ਲੈਂਡ ਕਰੂਜ਼ਰ ਵਿੱਚ ਬਿਠਾਇਆ ਹੁੰਦਾ ਵਾ ਉਹ ਬਰੂਸ ਪ੍ਰੈਸਟਨ ਨਾਮ ਦਾ ਇੱਕ ਲੋਕਲ ਪੁਲਿਸ ਆਫਿਸਰ ਹੁੰਦਾ, ਕਿਉਂਕਿ ਜਿਹੜੀ ਗੱਡੀ ਉਹ ਚਲਾਉਂਦਾ ਸੀ ਇਹਦੇ ਨਾਲ ਦੀਆਂ ਬਹੁਤ ਘੱਟ ਗੱਡੀਆਂ ਉਸ ਟਾਈਮ ਤੇ ਮਾਊਂਟ ਆਈਜ਼ਾ ਵਿੱਚ ਵੇਖਣ ਨੂੰ ਮਿਲਦੀਆਂ ਸੀ। 2019 ਵਿੱਚ ਬਰੂਸ ਪ੍ਰੈਸਟਨ ਨੂੰ ਅਰੈਸਟ ਕਰ ਲਿਆ ਜਾਂਦਾ ਪਰ ਜੱਜ ਕੇਸ ਨੂੰ ਕੋਰਟ ਵਿੱਚੋਂ ਬਾਹਰ ਸੁੱਟ ਦਿੰਦਾ ਵਾ ਇਹ ਕਹਿ ਕੇ ਕਿ ਪੁਲਿਸ ਨੇ ਸਾਰੇ ਐਵੀਡੈਂਸ ਵਧਾ ਚੜਾ ਕੇ ਪੇਸ਼ ਕੀਤੇ ਆ ਤੇ ਇਹ ਕੇਸ ਵੀ ਅੱਜ ਤੱਕ ਸੁਲਝਾਇਆ ਨਹੀਂ ਜਾ ਸਕਿਆ। ਅਗਲਾ ਕੇਸ ਹੈਗਾ ਵਾ ਐਂਥਨੀ ਜੋਨਸ ਨਾਮ ਦੇ 20 ਸਾਲਾਂ ਦੇ ਪਰਥ ਵਿੱਚ ਰਹਿਣ ਵਾਲੇ ਇੱਕ ਮੁੰਡੇ ਦਾ। ਐਂਥਨੀ ਜੋਨਸ 1982 ਵਿੱਚ 6 ਮਹੀਨੇ ਦੇ ਟੂਰ ਤੇ ਨਿਕਲਿਆ ਹੁੰਦਾ ਵਾ ਜਿੱਥੇ ਇਹ ਹਿਚ ਹਾਈਕ ਕਰਕੇ ਇੱਕ ਟਾਊਨ ਤੋਂ ਦੂਜੇ ਟਾਊਨ ਟਰੈਵਲ ਕਰਦਾ ਸੀ ਤੇ ਕੁਛ ਦਿਨਾਂ ਲਈ ਫਾਰਮਾਂ ਤੇ ਕੰਮ ਲੱਭ ਕੇ ਕੁਛ ਪੈਸੇ ਇਕੱਠੇ ਕਰਦਾ ਤੇ ਫਿਰ ਆਪਣੀ ਅਗਲੀ ਮੰਜ਼ਿਲ ਵੱਲ ਤੁਰ ਪੈਂਦਾ। ਆਪਣੇ ਇਸ 6 ਮਹੀਨੇ ਦੇ ਸਫ਼ਰ ਨੂੰ ਐਂਥਨੀ ਨੇ ਮਾਊਂਟ ਆਈਜ਼ਾ ਵਿੱਚ ਖਤਮ ਕਰਨਾ ਹੁੰਦਾ ਜਿੱਥੇ ਉਹਦਾ ਵੱਡਾ ਭਰਾ ਮਾਈਨਿੰਗ ਵਿੱਚ ਕੰਮ ਕਰਦਾ ਸੀ। ਪਰ ਮਾਊਂਟ ਆਈਜ਼ਾ ਤੋਂ 700 ਕਿਲੋਮੀਟਰ ਦੂਰ ਐਂਟਿਲ ਕ੍ਰੀਕ ਲਾਗੇ ਐਂਥਨੀ ਜੋਨਸ ਵੀ ਗਾਇਬ ਹੋ ਜਾਂਦਾ ਤੇ ਇਹ ਐਂਟਿਲ ਕ੍ਰੀਕ ਉਹੀ ਜਗ੍ਹਾ ਵਾ ਜਿੱਥੇ ਹੁਣ ਤੱਕ 4 ਲਾਸ਼ਾਂ ਮਿਲ ਚੁੱਕੀਆਂ। 2011 ਵਿੱਚ ਮਾਊਂਟ ਆਈਜ਼ਾ ਦੀ ਜੇਲ੍ਹ ਵਿੱਚ ਹੀ ਬੰਦ ਇੱਕ ਜੇਮਸ ਨਾਮ ਦਾ ਕੈਦੀ ਇਹ ਗੱਲ ਮੰਨਦਾ ਵਾ ਕਿ ਉਹਨੇ ਹੀ ਐਂਥਨੀ ਜੋਨਸ ਦਾ 1982 ਵਿੱਚ ਕਤਲ ਕੀਤਾ ਪਰ ਉਹ ਇਹ ਗੱਲ ਉਦੋਂ ਮੰਨਦਾ ਵਾ ਜਦੋਂ ਉਹ ਆਪਣੀ ਮੌਤ ਦੇ ਬਹੁਤ ਨੇੜੇ ਹੁੰਦਾ ਵਾ ਤੇ ਮਰਨ ਤੋਂ ਪਹਿਲਾਂ ਆਪਣੇ ਅੰਦਰ ਲੁਕਾ ਕੇ ਰੱਖੇ ਗਏ ਇਸ ਰਾਜ ਨੂੰ ਉਹ ਪੁਲਿਸ ਨੂੰ ਦੱਸ ਦਿੰਦਾ ਤੇ ਇਸ ਤੋਂ ਥੋੜ੍ਹੇ ਚਿਰ ਬਾਅਦ ਹੀ ਜੇਮਸ ਦੀ ਮੌਤ ਹੋ ਜਾਂਦੀ ਆ। ਪੁਲਿਸ ਵਾਲੇ ਜੇਮਸ ਵੱਲੋਂ ਦੱਸੀਆਂ ਗਈਆਂ ਕੁਝ ਜਗ੍ਹਾਵਾਂ ਦੀ ਛਾਣਬੀਨ ਕਰਦੇ ਆ ਪਰ ਐਂਥਨੀ ਦੀ ਲਾਸ਼ ਲੱਭਣ ਦੇ ਵਿੱਚ ਕੋਈ ਵੀ ਸਫਲਤਾ ਨਹੀਂ ਮਿਲਦੀ। ਹੁਣ ਐਂਥਨੀ ਦਾ ਕੇਸ ਹੈਗਾ ਹੀ 1982 ਦਾ ਪਰ ਫਿਰ 17 ਸਾਲ ਇੱਕ ਵੀ ਮਰਡਰ ਦਾ ਕੇਸ ਇਸ ਹਾਈਵੇ ਤੇ ਜਾਂ ਹਾਈਵੇ ਦੇ ਲਾਗੇ ਬੰਨੇ ਕਿਤੇ ਵੀ ਰਿਕਾਰਡ ਨਹੀਂ ਕੀਤਾ ਜਾਂਦਾ ਤੇ ਇਸ 17 ਸਾਲ ਵਿੱਚ ਇੱਕ ਵੀ ਕੇਸ ਨਾ ਆਉਣ ਪਿੱਛੇ ਕੀ ਰੀਜ਼ਨ ਹੋ ਸਕਦਾ। 1980-82 ਵਿੱਚ ਸਾਰੀ ਦੁਨੀਆ ਵਿੱਚ ਰਿਸੈਸ਼ਨ ਚੱਲਦਾ ਸੀ ਜਿਹਦਾ ਮਾਈਨਿੰਗ ਇੰਡਸਟਰੀ 'ਤੇ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਅਤੇ ਮਾਊਂਟ ਆਈਜ਼ਾ ਵਿੱਚ ਵੀ ਮਾਈਨਿੰਗ ਦਾ ਕੰਮ ਘੱਟ ਜਾਂਦਾ ਵਾ ਜਿਹਦੇ ਕਰਕੇ ਉੱਥੇ ਕੰਮ ਲੱਭਣਾ ਬਹੁਤ ਹੀ ਔਖਾ ਹੋ ਗਿਆ ਸੀ ਜਿਸ ਕਰਕੇ ਹੋ ਸਕਦਾ ਵਾ ਕਿ ਕੁਛ ਲੋਕ ਜੋ ਹੁਣ ਤੱਕ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਸੀ ਉਹ ਹੁਣ ਮਾਊਂਟ ਆਈਜ਼ਾ ਵਿੱਚ ਕੰਮ ਛੱਡ ਕੇ ਕਿਤੇ ਹੋਰ ਜਾ ਚੁੱਕੇ ਸੀ।
ਇਹ ਵੀ ਕਿਹਾ ਜਾਂਦਾ ਵਾ ਕਿ ਆਸਟ੍ਰੇਲੀਆ ਦਾ ਇੱਕ ਬੜਾ ਮਸ਼ਹੂਰ ਸੀਰੀਅਲ ਕਿਲਰ ਆਈਵਨ ਮਿਲਾਟ, ਜਿਹਨੇ 1988 ਵਿੱਚ ਸਿਡਨੀ ਤੋਂ ਮੈਲਬਰਨ ਜਾਂਦੇ ਹਾਈਵੇ ਉੱਤੇ ਕਤਲ ਕਰਨੇ ਸ਼ੁਰੂ ਕੀਤੇ, ਉਹ ਪਹਿਲਾਂ ਫਲਿੰਡਰਸ ਹਾਈਵੇ ਉੱਤੇ ਐਕਟਿਵ ਸੀ ਕਿਉਂਕਿ ਵਿਕਟਮਸ ਨੂੰ ਲੱਭਣ ਅਤੇ ਮਾਰਨ ਦਾ ਤਰੀਕਾ ਆਪਸ ਵਿੱਚ ਬਹੁਤ ਜ਼ਿਆਦਾ ਮਿਲਦਾ ਜੁਲਦਾ। ਫਿਰ ਕਹਾਣੀ ਪਹੁੰਚਦੀ ਆ 23 ਸਤੰਬਰ 2009 ਦੇ ਵਿੱਚ। ਇਸ ਵਾਰ ਇੱਕ 58 ਸਾਲ ਦਾ ਮਾਈਕਲ ਜੇਮਸ ਨਾਮ ਦਾ ਸੀਨੀਅਰ ਪੁਲਿਸ ਸਰਜੈਂਟ ਫਲਿੰਡਰਸ ਹਾਈਵੇ ਲਾਗੇ ਹੀ ਪੈਂਦੇ ਆਇਰ ਨਾਮ ਦੇ ਇੱਕ ਟਾਊਨ ਦੇ ਪੁਲਿਸ ਸਟੇਸ਼ਨ ਵਿੱਚ ਆਖਰੀ ਵਾਰ ਵੇਖਿਆ ਜਾਂਦਾ। ਕੁਛ ਦਿਨਾਂ ਬਾਅਦ ਮਾਈਕਲ ਜੇਮਸ ਦੀ ਟੋਇਟਾ ਕੈਮਰੀ ਸਟੇਸ਼ਨ ਤੋਂ 106 ਕਿਲੋਮੀਟਰ ਦੂਰ ਇੱਕ ਰਿਮੋਟ ਲੋਕੇਸ਼ਨ 'ਤੇ ਮਿਲਦੀ ਆ। ਗੱਡੀ ਵਿੱਚ ਉਹਦੀ ਪੁਲਿਸ ਦੀ ਡਰੈੱਸ ਪਈ ਹੁੰਦੀ ਆ ਅਤੇ ਉਹਦੇ ਕੋਲ ਇੱਕ ਸ਼ਾਟਗਨ ਹੀ ਜੋ ਗੱਡੀ ਵਿੱਚੋਂ ਨਹੀਂ ਮਿਲਦੀ। ਇਸ ਕੇਸ ਦੇ ਵਿੱਚ ਮਾਈਕਲ ਜੇਮਸ ਵੱਲੋਂ ਆਤਮ ਹੱਤਿਆ ਕੀਤੇ ਜਾਣ ਦਾ ਸ਼ੱਕ ਹੈਗਾ ਵਾ ਕਿਉਂਕਿ ਉਹਦੇ ਉੱਤੇ ਪੁਲਿਸ ਡਿਪਾਰਟਮੈਂਟ ਵਿੱਚ ਮਿਸਕੰਡਕਟ ਨੂੰ ਲੈ ਕੇ ਇੱਕ ਇਨਵੈਸਟੀਗੇਸ਼ਨ ਚੱਲਦੀ ਸੀ ਅਤੇ ਮਾਈਕਲ ਜੇਮਸ ਕੁਛ ਹੀ ਮਹੀਨੇ ਪਹਿਲਾਂ ਕੈਂਸਰ ਦੀ ਬਿਮਾਰੀ ਤੋਂ ਵੀ ਰਿਕਵਰ ਹੋਇਆ ਹੁੰਦਾ, ਜਿਸ ਕਰਕੇ ਉਹਦੀ ਮੈਂਟਲ ਕੰਡੀਸ਼ਨ ਵੀ 100% ਨਹੀਂ ਸੀ। ਪਰ ਮਾਈਕਲ ਜੇਮਸ ਦੀ ਬੋਡੀ ਨਾ ਮਿਲਣ ਕਰਕੇ ਇਹ ਪਤਾ ਨਹੀਂ ਲਾਇਆ ਜਾ ਸਕਿਆ ਕਿ ਐਂਡ ਵਿੱਚ ਉਹਦੇ ਨਾਲ ਕੀ ਹੋਇਆ। ਅਗਲਾ ਕੇਸ ਹੈਗਾ ਵਾ 26 ਸਾਲਾਂ ਦੇ ਰੀਸ ਕਰਨੀ ਦਾ, ਜੋ ਫਲਿੰਡਰਸ ਹਾਈਵੇ 'ਤੇ ਹੀ ਪੈਂਦੇ ਚਾਰਟਸ ਟਾਵਰ ਨਾਮ ਦੇ ਇੱਕ ਟਾਊਨ ਤੋਂ 21 ਦਸੰਬਰ 2017 ਨੂੰ ਗਾਇਬ ਹੁੰਦਾ। ਰੀਸ ਕਰਨੀ ਇਸ ਟਾਊਨ ਵਿੱਚ ਆਪਣੇ ਮੋਟਰਸਾਈਕਲ ਵਿੱਚ ਤੇਲ ਭਰਵਾਉਣ ਲਈ ਰੁਕਦਾ ਅਤੇ ਉਹ ਆਪਣੇ ਵੱਡੇ ਭਰਾ ਨੂੰ ਮਿਲਣ ਨੋਰਮਨਟਨ ਚੱਲਿਆ ਹੁੰਦਾ। ਰੀਸ ਕਰਨੀ ਦੇ ਮਾਂ ਪਿਓ ਦੱਸਦੇ ਆ ਕਿ ਕੁਛ ਹੀ ਦਿਨ ਪਹਿਲਾਂ ਰੀਸ ਦੇ ਇੱਕ ਬਹੁਤ ਹੀ ਜ਼ਿਆਦਾ ਕਲੋਜ਼ ਫਰੈਂਡ ਦੀ ਅਚਾਨਕ ਮੌਤ ਹੋ ਗਈ ਹੁੰਦੀ ਆ, ਜਿਸ ਕਰਕੇ ਰੀਸ ਥੋੜ੍ਹੀ ਸਟ੍ਰੈੱਸ ਵਿੱਚ ਹੁੰਦਾ। ਚਾਰਟਸ ਟਾਵਰ ਵਿੱਚ ਪੈਟਰੋਲ ਪੰਪ ਤੋਂ ਤੇਲ ਭਰਵਾਉਂਦੇ ਵੇਖੇ ਜਾਣ ਤੋਂ ਬਾਅਦ ਰੀਸ ਨੂੰ ਕਿਸੇ ਵੀ ਹੋਰ ਵੱਲੋਂ ਕਿਸੇ ਵੀ ਹੋਰ ਜਗ੍ਹਾ 'ਤੇ ਵੇਖੇ ਜਾਣ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਰੀਸ ਕਰਨੀ ਵੀ ਲਾਪਤਾ ਹੋ ਜਾਂਦਾ। 1.5 ਮਹੀਨੇ ਬਾਅਦ 8 ਫਰਵਰੀ ਨੂੰ ਰੀਸ ਦਾ ਮੋਟਰਸਾਈਕਲ ਜਾਰਜ ਟਾਊਨ ਵਿੱਚ ਮਿਲਦਾ। ਜਾਰਜ ਟਾਊਨ ਨੋਰਮਨਟਨ ਅਤੇ ਚਾਰਟਸ ਟਾਵਰ ਦੇ ਬਿਲਕੁਲ ਮਿਡਲ ਵਿੱਚ ਪੈਂਦਾ। ਇਸ ਕੇਸ ਦੇ ਵਿੱਚ ਵੀ ਆਤਮ ਹੱਤਿਆ ਕੀਤੇ ਜਾਣ ਦਾ ਸ਼ੱਕ ਹੁੰਦਾ ਵਾ ਪੁਲਿਸ ਨੂੰ, ਪਰ ਰੀਸ ਕਰਨੀ ਦੀ ਬੋਡੀ ਵੀ ਨਾ ਮਿਲ ਸਕਣ ਕਰਕੇ ਕੁਛ ਵੀ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਿਆ। ਫਲਿੰਡਰਸ ਹਾਈਵੇ ਤੋਂ ਕਿਸੇ ਦੇ ਗਾਇਬ ਹੋਣ ਦਾ ਆਖਰੀ ਕੇਸ ਸਾਹਮਣੇ ਆਉਂਦਾ ਵਾ 31 ਦਸੰਬਰ 2017 ਨੂੰ। ਇਹ ਕੇਸ ਹੈਗਾ ਵਾ 22 ਸਾਲਾਂ ਦੇ ਜੇਡਨ ਟੌਮਸੈਟ ਦਾ। ਜੇਡਨ ਆਪਣੇ ਇੱਕ ਦੋਸਤ ਲੂਕਾਸ ਨਾਲ ਨਿਊਕਾਸਲ ਤੋਂ ਕੇਨਸ ਚੱਲਿਆ ਹੁੰਦਾ ਅਤੇ ਜੇਡਨ ਵੀ ਪਿਛਲੇ ਕੇਸ ਵਿੱਚ ਗਾਇਬ ਹੋਏ ਰੀਸ ਕਰਨੀ ਵਾਂਗੂ ਚਾਰਟਸ ਟਾਵਰ ਨਾਮ ਦੇ ਇੱਕ ਟਾਊਨ ਦੇ ਵਿੱਚ ਆਖਰੀ ਵਾਰ ਵੇਖਿਆ ਗਿਆ ਅਤੇ ਜੇਡਨ ਦੇ ਗਾਇਬ ਹੋਣ ਅਤੇ ਪਿਛਲੇ ਕੇਸ ਵਾਲੇ ਰੀਸ ਕਰਨੀ ਦੇ ਗਾਇਬ ਹੋਣ ਦੇ ਵਿੱਚ ਸਿਰਫ 10 ਦਿਨਾਂ ਦਾ ਫਰਕ ਹੁੰਦਾ। ਪਰ ਜੇਡਨ ਦੇ ਗਾਇਬ ਹੋਣ ਦੀ ਕਹਾਣੀ ਥੋੜ੍ਹੀ ਅਜੀਬੋ ਗਰੀਬ ਆ। ਲੂਕਸ ਦੱਸਦਾ ਵਾ ਕਿ ਚਾਰਟਸ ਟਾਵਰ ਲਾਗੇ ਪਹੁੰਚ ਕੇ ਉਹਦਾ ਅਤੇ ਜੇਡਨ ਦਾ ਕਿਸੇ ਗੱਲੋਂ ਝਗੜਾ ਹੋ ਜਾਂਦਾ ਅਤੇ ਜੇਡਨ ਰਸਤੇ ਵਿੱਚ ਹੀ ਗੱਡੀ ਰੋਕ ਕੇ ਗੱਡੀ ਵਿੱਚੋਂ ਬਾਹਰ ਨਿਕਲਦਾ ਵਾ ਅਤੇ ਇੰਨੇ ਨੂੰ ਪੈਸੰਜਰ ਸੀਟ 'ਤੇ ਬੈਠਾ ਲੂਕਸ ਗੱਡੀ ਦੀ ਡਰਾਈਵਰ ਸੀਟ 'ਤੇ ਆ ਜਾਂਦਾ ਵਾ ਅਤੇ ਜੇਡਨ ਨੂੰ ਬਾਹਰ ਹੀ ਛੱਡ ਕੇ ਗੱਡੀ ਭਜਾ ਕੇ ਲੈ ਜਾਂਦਾ। ਪਰ ਕੁਛ ਟਾਈਮ ਬਾਅਦ ਲੂਕਸ ਨੂੰ ਬੁਰਾ ਫੀਲ ਹੁੰਦਾ ਵਾ ਅਤੇ ਉਹ ਗੱਡੀ ਘੁਮਾ ਕੇ ਵਾਪਸ ਜਾਂਦਾ ਵਾ ਉਸੇ ਜਗ੍ਹਾ 'ਤੇ ਜਿੱਥੇ ਜੇਡਨ ਗੱਡੀ ਵਿੱਚੋਂ ਉਤਰਿਆ ਹੁੰਦਾ। ਪਰ ਜੇਡਨ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਮਿਲਦਾ। ਜੇਡਨ ਦੀ ਆਪਣੀ ਹਿਸਟਰੀ ਵੀ ਕੁਛ ਖਾਸ ਵਧੀਆ ਨਹੀਂ ਹੁੰਦੀ, ਉਹਨੂੰ ਕਈ ਤਰ੍ਹਾਂ ਦੇ ਮੈਂਟਲ ਇਸ਼ੂਜ਼ ਹੋਣ ਦੇ ਨਾਲ ਨਾਲ ਡਰੱਗਸ ਦੀ ਪ੍ਰੋਬਲਮ ਵੀ ਹੁੰਦੀ ਆ। ਇਸ ਰੋਡ ਟ੍ਰਿਪ 'ਤੇ ਆਉਣ ਤੋਂ ਕੁਛ ਹਫ਼ਤੇ ਪਹਿਲਾਂ ਹੀ ਜੇਡਨ ਦੀ ਜੌਬ ਵੀ ਚਲੀ ਗਈ ਹੁੰਦੀ ਆ ਅਤੇ ਉਹ ਆਪਣੀ ਫੈਮਿਲੀ ਨਾਲ ਲੜਾਈ ਝਗੜਾ ਕਰਕੇ ਆਪਣੇ ਆਪ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਆ। ਜੇਡਨ ਦੇ ਲਾਪਤਾ ਹੋਣ ਦੀ ਖ਼ਬਰ ਉਸੇ ਵੇਲੇ ਪੁਲਿਸ ਨੂੰ ਨਹੀਂ ਦਿੱਤੀ ਗਈ ਕਿਉਂਕਿ ਜਿਹੜੀ ਗੱਡੀ ਵਿੱਚ ਜੇਡਨ ਅਤੇ ਲੂਕਸ ਨਿਊਕਾਸਲ ਤੋਂ ਕੇਨਸ ਚੱਲੇ ਹੁੰਦੇ ਆ ਉਸ ਗੱਡੀ ਵਿੱਚ ਉਹ ਡਰੱਗ ਸਮਗਲ ਕਰਦੇ ਸੀ ਅਤੇ ਲੂਕਸ ਨੇ ਪਹਿਲਾਂ ਡਰੱਗਸ ਨੂੰ ਕੇਨਸ ਤੱਕ ਪਹੁੰਚਾਇਆ ਅਤੇ ਫਿਰ ਬਾਅਦ ਵਿੱਚ ਜੇਮਸ ਦੇ ਲਾਪਤਾ ਹੋਣ ਦੀ ਖ਼ਬਰ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਆ ਅਤੇ ਜੇਮਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹਨਾਂ ਦੀ ਕੋਸ਼ਿਸ਼ ਸਫਲ ਨਹੀਂ ਹੁੰਦੀ ਅਤੇ ਜੇਮਸ ਦਾ ਵੀ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਹੁਣ ਤੱਕ ਆਪਾਂ ਕੁਛ ਲੋਕਾਂ ਦੀ ਗੱਲ ਕਰ ਚੁੱਕੇ ਹਾਂ ਜਿਨ੍ਹਾਂ 'ਤੇ ਫਲਿੰਡਰਸ ਹਾਈਵੇ 'ਤੇ ਕਤਲ ਕੀਤੇ ਜਾਣ ਦਾ ਸ਼ੱਕ ਹੀ ਪੁਲਿਸ ਨੂੰ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਪਰ ਇਹਨਾਂ ਤੋਂ ਇਲਾਵਾ ਇੱਕ ਹੋਰ ਬੰਦਾ ਹੈਗਾ ਸੀ ਜੋ ਕਹਿੰਦਾ ਸੀ ਕਿ ਉਹਨੇ ਕੁਛ ਕਤਲ ਫਲਿੰਡਰਸ ਹਾਈਵੇ 'ਤੇ ਕੀਤੇ ਅਤੇ ਇਸ ਬੰਦੇ ਦਾ ਨਾਮ ਹੈਗਾ ਸੀ ਐਂਡੀ ਐਲਬਰੀ। ਇਸ ਬੰਦੇ ਨੇ 2014 ਵਿੱਚ ਪੁਲਿਸ ਨੂੰ ਆਪ ਦੱਸਿਆ ਕਿ ਉਹਨੇ 14 ਕਤਲ ਕੀਤੇ ਆ ਫਲਿੰਡਰਸ ਹਾਈਵੇ 'ਤੇ 1970 ਤੋਂ ਲੈ ਕੇ 1982 ਤੱਕ।
ਪਰ ਪੁਲਿਸ ਦੀ ਕਾਰਵਾਈ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਬੰਦਾ ਸਿਰਫ ਮਸ਼ਹੂਰ ਹੋਣ ਦੇ ਲਈ ਇਹ ਬਿਆਨ ਦੇਣ ਡਿਆ ਸੀ। ਐਂਡੀ ਐਲਬਰੀ ਆਸਟ੍ਰੇਲੀਆ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ ਬਣਨਾ ਚਾਹੁੰਦਾ ਸੀ ਤੇ ਪਹਿਲਾਂ ਹੀ ਜੇਲ੍ਹ ਵਿੱਚ ਹੀ 2 ਕਤਲਾਂ ਦੇ ਮਾਮਲੇ ਦੇ ਵਿੱਚ ਤੇ ਇਹ ਬੰਦਾ ਸਨੋਟਨ ਮਰਡਰਸ ਤੋਂ ਪ੍ਰੇਰਿਤ ਸੀ ਤੇ ਸਨੋਟਨ ਮਰਡਰਸ ਬਾਰੇ ਮੈਂ ਆਪਣੀ ਇਸ ਵੀਡੀਓ ਵਿੱਚ ਗੱਲ ਕੀਤੀ ਆ। ਫਲਿੰਡਰਸ ਹਾਈਵੇ ਤੇ ਹੋਏ ਕਤਲਾਂ ਨੂੰ 2 ਟਾਈਮ ਪੀਰੀਅਡਸ ਵਿੱਚ ਵੰਡਿਆ ਜਾ ਸਕਦਾ, 1970 ਤੋਂ ਲੈ ਕੇ 1982 ਵਿੱਚ ਹੋਏ 9 ਕਤਲ ਤੇ ਫਿਰ 2009 ਤੋਂ ਲੈ ਕੇ 2019 ਤੱਕ 3 ਲਾਪਤਾ ਹੋਏ ਕੇਸ। 2009 ਤੋਂ 2019 ਤੱਕ ਹੋਏ ਕੇਸ ਵਿੱਚ ਆਤਮ ਹੱਤਿਆ ਇੱਕ ਬੜਾ ਵੱਡਾ ਫੈਕਟਰ ਮੰਨਿਆ ਜਾ ਸਕਦਾ ਤੇ ਜੇ 2009 ਤੋਂ 2019 ਤੱਕ ਦੇ ਕੇਸਾਂ ਨੂੰ ਆਪਾਂ ਆਤਮ ਹੱਤਿਆ ਦਾ ਮੰਨ ਲਈਏ ਤੇ ਫਿਰ ਇਹ ਕਹਿ ਸਕੀਦਾ ਵਾ ਕਿ 1982 ਤੋਂ ਬਾਅਦ ਫਲਿੰਡਰਸ ਹਾਈਵੇ ਤੇ ਕੋਈ ਵੀ ਕਤਲ ਦਾ ਕੇਸ ਸਾਹਮਣੇ ਨਹੀਂ ਆਇਆ। ਪੁਲਿਸ ਦਾ ਕਹਿਣਾ ਵਾ ਕਿ ਇਹ ਸਾਰੀਆਂ ਵਾਰਦਾਤਾਂ ਅਲੱਗ ਅਲੱਗ ਲੋਕਾਂ ਵੱਲੋਂ ਕੀਤੀਆਂ ਗਈਆਂ ਤੇ ਇਹ ਲੋਕ ਥ੍ਰਿਲ ਕਿਲਰ ਦੱਸੇ ਜਾਂਦੇ ਆ, ਮਤਲਬ ਕਿ ਇਹ ਲੋਕ ਸਿਰਫ ਐਕਸਾਈਟਮੈਂਟਲੀ ਕਤਲ ਕਰਦੇ ਹੀ, ਇਹਨਾਂ ਦਾ ਕੋਈ ਪੱਕਾ ਪਲੈਨ ਨਹੀਂ ਹੀ ਹੁੰਦਾ। ਇਹ ਹਰ ਵਾਰ ਮੌਕੇ ਦੀ ਭਾਲ ਵਿੱਚ ਰਹਿੰਦੇ ਹੀ ਤੇ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਹੀ ਇਹ ਕਤਲ ਕਰ ਦਿੰਦੇ ਹੀ ਤੇ 1982 ਤੋਂ ਬਾਅਦ ਅਚਾਨਕ ਇਸ ਹਾਈਵੇ ਤੋਂ ਲੋਕਾਂ ਦਾ ਗਾਇਬ ਹੋਣਾ ਬੰਦ ਹੋ ਜਾਣਾ ਉਹ ਇਸ ਗੱਲ ਵੱਲ ਇਸ਼ਾਰਾ ਕਰਦਾ ਵਾ ਕਿ ਜੋ ਵੀ ਇਹ ਕੰਮ ਕਰਦਾ ਸੀ ਉਹ ਜਾਂ ਤੇ ਉਸ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਚਲਾ ਗਿਆ ਤੇ ਜਾਂ ਉਹਦੀ ਮੌਤ ਹੋ ਗਈ। ਫਲਿੰਡਰਸ ਹਾਈਵੇ ਦੇ ਕਤਲਾਂ ਦਾ 1982 ਵਿੱਚ ਇੱਕਦਮ ਰੁਕ ਜਾਣਾ ਤੇ ਆਈਵਨ ਮਿਲਾਰਡ ਦਾ ਉਸੇ ਤਰੀਕੇ ਨਾਲ ਹੀ ਨਿਊ ਸਾਊਥ ਵੇਲਸ ਦੇ ਵਿੱਚ 1988 ਵਿੱਚ ਕਤਲਾਂ ਦੀ ਸ਼ੁਰੂਆਤ ਕਰਨੀ ਇਹ ਕੋ ਇੰਸੀਡੈਂਸ ਵੀ ਹੋ ਸਕਦੀ ਆ। ਪਰ ਆਈਵਨ ਮਿਲਾਰਡ ਦੇ ਪਿਓ ਦਾ ਕਹਿਣਾ ਵਾ ਕਿ ਆਈਵਨ ਮਿਲਾਰਡ ਨੇ 1988 ਤੋਂ ਪਹਿਲਾਂ ਵੀ ਕਈ ਕਤਲ ਕੀਤੇ ਜਿਨ੍ਹਾਂ ਬਾਰੇ ਉਹਨੇ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ। ਆਈਵਨ ਮਿਲਾਰਡ ਦਾ ਕੇਸ ਇੱਕ ਬਹੁਤ ਹੀ ਸਪੈਸ਼ਲ ਕੇਸ ਆ ਤੇ ਇਹਦੇ ਬਾਰੇ ਡਿਟੇਲ ਵਿੱਚ ਆਪਾਂ ਇੱਕ ਅਲੱਗ ਵੀਡੀਓ ਵਿੱਚ ਗੱਲ ਕਰਾਂਗੇ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ, ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਿਓ। ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।